हाँ जी। यानी आप पंजाब तो कहड़ी जगह तो है ते मैं जी मंडी गोबिंदगढ़ तो आए, डिस्ट्रिक्ट फतेहगढ़ साहिब। इत्थे कित्थे स्कूलिंग कित्थे कीती आपने तुसीं? मैं पंजाब पब्लिक स्कूल नाभा पढ़े हैं, होस्टल। हाँ ठीक है। जी ते इत्थे मॉन्ट्रियल दे विच तुसीं हुण कंप्यूटर दे कोर्स दे विच तुहाडा पहला सेमेस्टर शुरू होणा है, हाँ जी हाँ जी। ते किद्दां दा लग रिहा इत्थे आ के? तुहानूं 15 किन्ने दिन हो गए इत्थे आए नूं मॉन्ट्रियल? मैं जी 27 दिसंबर में आया सीगा, ठीक है ते जी। इत्थे मैनूं मैं 15 दिन टोरोंटो गया सीगा, ठीक है। बाकी मैं इत्थे मॉन्ट्रियल रह गया अपने फ्रेंड्स दे नाल। ठीक है। मैनूं बहुत वक्त लग्या 15 दिन टोरोंटो दे इत्थे दा, क्योंकि उत्थे लिविंग एक्सपेंसिव ते वैसे भी हर एक चीज़ महंगी है उत्थे एज कंपेयर टू मॉन्ट्रियल। ਇੱਥੇ ਕਿੱਦਾਂ ਦਾ ਲੱਗਿਆ ਤੁਹਾਨੂੰ ਲੋਕਾਂ ਦਾ ਇੱਥੇ ਦਾ ਮਾਹੌਲ, ਜਾਂ ਹੋਰ ਜਿਹੜੇ ਤੁਹਾਡੇ ਨਾਲ ਫਰੈਂਡ ਸਰਕਲ ਜਾਂ ਮਿਲੇ ਆ ਤੁਸੀਂ? ਜਿੱਦਾਂ ਹੁਣ ਟੋਰਾਂਟੋ ਦੇ ਵਿੱਚ ਉੱਥੇ ਕਈ ਆਲੇ ਵਾਲਾ ਪਾਉਂਦੇ, ਉੱਥੇ ਫ੍ਰੈਂਚ ਹੋਣੀ ਆ, ਉੱਥੇ ਪਤਾ ਨਹੀਂ ਕੀ। ਮੈਂ ਤਾਂ ਅੱਜ ਤੱਕ ਮੈਨੂੰ ਕੋਈ ਫ੍ਰੈਂਚ ਵਾਲੇ ਨਹੀਂ ਮਿਲਿਆ ਹੈਗਾ। ਮੈਨੂੰ ਜੇ ਮਿਲਿਆ ਹੁੰਦਾ ਮੈਨੂੰ, ਮੈਂ ਤੁਹਾਨੂੰ ਦੱਸਦਾ ਜ਼ਰੂਰ। ਮੈਨੂੰ ਤਾਂ ਕੋਈ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਵੀ ਫ੍ਰੈਂਚ ਆਉਂਦੀ ਨਹੀਂ ਮੈਨੂੰ ਕਿਹੜਾ ਆਉਂਦੀ ਹੈ, ਮੈਨੂੰ ਕੋਈ ਅੱਜ ਤੱਕ ਕੋਈ ਦਿੱਕਤ ਨਹੀਂ ਹੈ, ਕਿਉਂਕਿ ਅੱਜੇ ਪੰਜਾਬੀ ਸਟੋਰ ਹੀ ਬਹੁਤ ਨੇ, ਪੰਜਾਬੀ ਸਟੋਰ ਹੈ ਵੈਸੇ ਵੀ, ਸਾਰੇ ਗੁੱਡ ਹੈ ਸਭ ਕੁਝ। ਮਤਲਬ ਕਿ ਇੱਥੇ ਮੈਨੂੰ ਸਭ ਤੋਂ ਵਧੀਆ ਇਹੀ ਇੱਕੋ ਚੀਜ਼ ਲੱਗੀ ਹੈ ਵੀ ਜਿਹੜਾ ਇੱਥੇ ਦਾ ਰਹਿਣ ਸਹਿਣ ਹੈ ਉਹ ਮੈਨੂੰ ਟੋਰੋਂਟੋ ਨਾਲ ਵਧੀਆ ਲੱਗਿਆ, ਜਿਵੇਂ ਲਿਵਿੰਗ ਐਕਸਪੈਂਸਿਵ, ਜਿਵੇਂ ਘਰ ਟੋਰੋਂਟੋ ਤੋਂ ਵੀ ਵਧੀਆ ਮੈਨੂੰ ਘਰ ਲੱਗਿਆ ਜਿੱਥੇ ਅਸੀਂ ਮੈਂ ਰਹਿ ਰਿਹਾ, ਤੇ ਉਸ ਤੋਂ ਵੀ ਜ਼ਿਆਦਾ ਚੀਪ ਨੇ, ਟੋਰੋਂਟੋ ਤੋਂ ਵੀ ਜ਼ਿਆਦਾ ਚੀਪ ਨੇ। ਤੇ ਜਿੱਥੇ ਹੁਣ ਤੁਸੀਂ ਇੱਥੇ ਆ ਰਹੇ ਕਮਰੇ ਦੇ ਵਿੱਚ ਆ ਵੀ ਹੈਗੀ ਜਿਹੜੀ ਗੱਲ ਹੋ ਕੇ ਇੱਡੇ ਕਮਰੇ ਤੇ ਇਸ ਟਾਈਮ ਇੰਡੀਆ 'ਚ ਵੀ ਨਹੀਂ ਹੈਗੇ ਜਿੱਥੇ? ਹਾਂਜੀ ਮੈਂ ਉਹੀ ਮੈਂ ਆਪਣੇ ਫਰੈਂਡਸ ਨੂੰ ਵੀ ਕਹਿੰਦਾ ਸੀਗਾ ਵੀ ਮੈਂ ਇਹ ਜੇ ਕਮਰੇ ਦਾ ਸਾਡੇ ਘਰੇ ਵੀ ਨਹੀਂ ਹੋਣੇ ਹੈਗੇ ਜਿੰਨੇ ਵਧੀਆ ਘਰ ਮਤਲਬ ਰੂਮਸ ਇੱਥੇ ਨੇ। ਇੰਡੀਆ ਤੋਂ ਜਦੋਂ ਤੁਹਾਨੂੰ ਤੁਹਾਡੀ ਐਡਮਿਸ਼ਨ ਕਰਾਈ ਆ ਤੁਹਾਡੇ ਏਜੰਟ ਨੇ, ਹਾਂਜੀ ਉਸ ਟਾਈਮ ਤੇ ਤੁਹਾਨੂੰ ਇੰਸਟੀਚਿਊਟ ਦੱਸਿਆ ਸਭ ਕੁਝ ਕਿ ਹਾਂ ਜਿੱਦਾਂ ਹੁਣ ਤੁਸੀਂ ਚਲੋ ਕਾਲਜ ਦਾ ਨਾਮ ਨਾ ਲਿਓ, ਹਾਂਜੀ ਕਿ ਕਿਹੜੇ ਜਿਸ ਕਾਲਜ 'ਚ ਆਏ ਸੀਗੇ ਉਹਦੇ ਬਾਰੇ ਤੁਹਾਨੂੰ ਕੋਈ ਐਕਸਪਲੇਨ ਕੀਤਾ ਹੋਵੇ ਜਾਂ ਉਹਦੇ ਬਾਰੇ ਡਿਟੇਲ ਦਿੱਤੀ ਹੋਵੇ? ਬਸ ਆਹੀ ਕਿਹਾ ਸੀਗਾ ਵੀ ਵਧੀਆ ਕਾਲਜ ਹੈ ਕਾਫੀ, ਬਸ ਇਸ ਤੋਂ ਬਸ ਤੋਂ ਉੱਤੇ ਤਾਂ ਮੈਨੂੰ ਕੋਈ ਦੱਸਿਆ ਹੀ ਨਹੀਂ ਹੈਗਾ। ਇੱਥੇ ਆ ਕੇ ਤੁਹਾਨੂੰ ਜਿਹੜੀਆਂ ਇਹ ਚੀਜ਼ਾਂ ਪਤਾ ਲੱਗੀਆਂ ਤੁਹਾਨੂੰ ਕੀ ਲੱਗਦਾ ਕਿ ਹਾਂ ਵੀ ਕਿ ਉੱਥੇ ਨਿਆਣਿਆਂ ਨੂੰ ਪਤਾ ਹੋਣਾ ਚਾਹੀਦਾ ਚੀਜ਼ਾਂ ਇੱਥੇ ਆ ਕੇ? ਤਾਂ ਜੀ ਮਤਲਬ ਕਿ ਇੰਡੀਆ ਤਾਂ ਇੰਡੀਆ ਤਾਂ ਐਵੇਂ ਹੁੰਦਾ ਵੀ ਵੀਜ਼ਾ ਲਈ ਹੈ, ਵੀਜ਼ਾ ਲਈ ਹੈ ਬਸ। ਇੰਡੀਆ ਤਾਂ ਐਵੇਂ ਬਸ ਬਸ ਕਹਿ ਦਿੰਦੇ ਆ ਵੀ ਕੁਛ ਨਾ ਕੁਛ, ਚਾਹੇ ਝੂਠ ਬੋਲਦੇ ਜਾਂ ਸੱਚ ਬੋਲਦੇ ਵੀ ਬਸ ਮੁੰਡਾ ਸਾਡੇ ਤੋਂ ਵੀਜ਼ਾ ਲੈ ਜਾਵੇ ਬਸ। ਉਹਨਾਂ ਨੂੰ ਬਸ ਪੈਸੇ ਕਮਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਵੀ, ਕੋਈ ਅਸਲੀਅਤ ਨਹੀਂ ਦੱਸਦੇ ਹੈਗੇ ਵੀ ਜੋ ਇੱਥੇ ਹੋਣੀ ਹੈ। ਇੱਥੇ ਆ ਕੇ ਪਤਾ ਲੱਗਦਾ ਵੀ ਕਿਉਂ ਕੀ ਅਸਲੀਅਤ ਹੈ ਕੀ ਨਹੀਂ। ਹੁਣ ਮੈਨੂੰ ਤਾਂ ਐਂ ਕਿਹਾ ਗਿਆ ਸੀਗਾ ਵੀ ਪੜ੍ਹੋ ਆਪਣੇ ਕਾਲਜ 'ਚ, ਉੱਥੇ ਤੁਹਾਡਾ 2 ਸਾਲ 'ਚ ਤੁਹਾਨੂੰ 2 ਸਾਲ ਬਾਅਦ ਤੁਸੀਂ ਪੀ ਆਰ ਦੀ ਅਪਲਾਈ ਕਰ ਦਿਓ, 3 ਸਾਲ ਤਾਂ ਤੁਹਾਡੀ ਪੀ ਆਰ ਮਿਲ ਜਾਣੀ ਹੈ ਅਤੇ 4th ਸਾਲ ਤੁਹਾਡੇ ਪੇਰੈਂਟਸ ਦੀ ਪੀ ਆਰ ਮਿਲ ਜਾਣੀ ਹੈ। ਇੱਥੇ ਆ ਕੇ ਤਾਂ ਕੁਛ ਹੈ ਹੀ ਨਹੀਂ ਲੱਗਿਆ ਮੈਨੂੰ। ਇੱਥੇ ਆ ਕੇ ਤਾਂ ਐਵੇਂ ਲੱਗਿਆ ਵੀ 5 ਸਾਲ ਬਾਅਦ, ਵੈਸੇ ਵੀ ਸਾਲ 'ਚ 200 ਬੱਚਿਆਂ ਦੀ, 5 ਲੱਖ ਬੱਚਾ ਹੁੰਦਾ, 200 ਬੱਚਿਆਂ ਦੀ ਟੋਟਲ ਹੁੰਦੀ ਹੈ ਇੱਕ ਪ੍ਰੋਫੈਸ਼ਨ ਦੇ ਵਿੱਚ ਕਰਦੇ ਪਏ ਉਹ ਕੈਪ ਜਿਹੜੀ ਲੱਗੀ ਆ। ਹਾਂਜੀ ਹਾਂਜੀ। ਤੇ ਇੱਕ ਚੀਜ਼ ਹੋਰ ਮੈਨੂੰ ਦੱਸਿਓ ਕਿ ਜਿਹੜਾ ਇੱਕ ਤੁਹਾਡੇ ਬਾਰੇ ਮੈਂ ਸ਼ਾਇਦ ਇਹ ਚੀਜ਼ ਸੁਣੀ ਸੀਗੀ ਕਿ ਉੱਥੇ ਤੁਹਾਡੇ ਤੋਂ ਮੁੜ ਕੇ ਪੈਸੇ ਵੀ ਮੰਗਣੇ ਸ਼ੁਰੂ ਕਰਤੇ ਸੀ ਤੁਹਾਡੇ ਏਜੰਟ ਨੇ? ਉਹ ਹੁਣ ਜਿਵੇਂ ਅਸੀਂ ਜਦੋਂ ਅਸੀਂ ਕਾਲਜ ਮਤਲਬ ਕਾਲਜ ਮੈਂ ਆਪਣਾ ਆਫਰ ਲੈਟਰ ਮੰਗਵਾ ਗਈ ਸੀਗੀ, ਆਪਣੀ ਫਾਈਲ ਸਾਰੀ ਮੈਂ ਬਣਾ ਗਈ, ਸਾਰੀ ਫਾਈਲ ਓਕੇ ਸੀਗੀ ਮੇਰੀ, ਜਦੋਂ ਮੇਰੀ ਅੰਬੈਸੀ 'ਚ ਫਾਈਲ ਜਾਣੀ ਸੀਗੀ ਉਦੋਂ ਮੈਨੂੰ ਬਸ ਸਿਰਫ ਇਹ ਕਿਹਾ ਗਿਆ ਸੀਗਾ ਵੀ ਦਿਸ ਸਮਥਿੰਗ ਦਿਸ ਅਮਾਊਂਟ ਮਤਲਬ ਮੈਂ ਦੇਣੀ ਹੈ, ਮੈਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ, ਥੋੜ੍ਹੀ ਅਮਾਊਂਟ ਵੀਜ਼ਾ ਲੱਗਣ ਤੋਂ ਪਹਿਲਾਂ ਦੇਣੀ ਹੈ। ਮੈਨੂੰ ਕੁਛ ਐਵੇਂ ਨਹੀਂ ਕਿਹਾ ਗਿਆ ਸੀਗਾ ਵੀ 70,000 ਮਤਲਬ ਸਮਥਿੰਗ ਮੇਰੇ ਤੋਂ 70,000 ਮੰਗਿਆ ਵਾ। ਹਾਂਜੀ 70,000 ਮੰਗਦੇ ਸੀ ਮੇਰੇ ਤੋਂ, ਕਹਿੰਦੇ ਵੀ ਉਹ ਆਪਣੀ ਫੀਸ ਮੰਗਦੇ ਸੀ ਕਿ ਉੱਧਰ ਰੱਖਣ ਕੀ ਸੀ? ਉਹ ਐਵੇਂ ਮੰਗਦੇ ਸੀਗੇ ਵੀ ਕਹਿੰਦੇ ਵੀ ਇਨ ਕੇਸ ਮੈਂ ਆਪਣਾ ਕਾਲਜ ਛੱਡ ਦਵਾਂ ਤਾਂ ਆਪਣਾ 70,000 ਦਾ ਮੇਰੇ ਤੋਂ ਚੈੱਕ ਜਿਹੜਾ ਦਿੱਤਾ ਉਹ ਮੇਰਾ 70,000 ਦਾ ਚੈੱਕ ਮੇਰੇ ਤੋਂ ਮਤਲਬ ਕਢਾ ਲੈਣਗੇ, ਜੇ ਮੈਂ ਆਪਣਾ ਕਾਲਜ ਨਾ ਚੇਂਜ ਕਰਾਂ ਤਾਂ 70,000 ਦਾ ਚੈੱਕ ਮੇਰੇ ਪੇਰੈਂਟਸ ਦੇ ਦੇਣਗੇ। ਮਤਲਬ ਕਿ ਲੈ ਦੇ ਕੇ ਗੱਲ ਇਹ ਆ ਵੀ ਉਹਨਾਂ ਨੂੰ ਆਪਣੇ ਕਮਿਸ਼ਨ ਤੱਕ ਮਤਲਬ ਸੀਗਾ, ਜਾਨਕਿ ਇੱਕ ਉਹਨਾਂ ਦੇ ਮਨ 'ਚ ਡਰ ਸੀਗਾ ਕਿ ਅਸੀਂ ਮੈਂ ਹੀ ਇਹਨਾਂ ਨੂੰ ਗਲਤ ਕਾਲਜ ਕਿਸੇ 'ਚ ਪਾਉਣ ਲੱਗੇ। ਹਾਂਜੀ ਹਾਂਜੀ। ਤੇ ਇਹਨੇ ਉੱਥੋਂ ਹਾਂਜੀ ਛੱਡ ਸਕਦਾ, ਹਾਂਜੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਸੀਗਾ ਤਾਂ ਹੀ ਉਹ ਤੁਹਾਡੇ ਤੋਂ ਪੈਸੇ ਲੈ ਰਹੇ ਆ। ਹਾਂਜੀ ਹਾਂਜੀ। ਮਤਲਬ ਕਿ ਇਹ ਤਾਂ ਚਲੋ ਕੰਮ ਆਪਣਾ ਹੀ ਕੰਮ ਹੁੰਦਾ ਵੀ ਪ੍ਰੋਫੈਸ਼ਨ, ਹਰ ਇੱਕ ਬੰਦੇ ਦਾ ਪ੍ਰੋਫੈਸ਼ਨ ਹੁੰਦਾ, ਬਟ ਗੱਲ ਇਹ ਹੈ ਵੀ ਜੇ ਆਪਾਂ ਪੈਸੇ ਲੈ ਰਹੇ ਹਾਂ ਤਾਂ ਆਪਾਂ ਵਧੀਆ ਵੀ ਗਾਈਡ ਕਰੀਏ। ਹਾਂਜੀ ਠੀਕ ਨਹੀਂ ਗੱਲ? ਤੁਹਾਡੇ ਨਾਲ ਜੋ ਏਅਰਪੋਰਟ ਤੇ ਵੀ ਉਹ ਮੇਰੇ ਨਾਲ ਏਅਰਪੋਰਟ ਤੇ ਵੀ ਹੋਇਆ ਜੀ, ਮੈਨੂੰ ਤੁਹਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਸੀ, ਡਾਕੂਮੈਂਟ ਮੈਨੂੰ ਦਿੱਤੇ ਹੀ ਨਹੀਂ ਗਏ। ਮੈਨੂੰ ਪਹਿਲਾਂ ਤਾਂ ਜੀ ਉੱਥੇ ਪੰਜਾਬ 'ਚ ਜਦੋਂ ਮੈਂ ਸੀਗਾ ਮੈਨੂੰ ਸਾਡੇ ਏਜੰਟ ਨੇ ਪੰਜਾਬ 'ਚ ਕਿਹਾ ਵੀ 70,000 ਦਾ ਚੈੱਕ ਦਿਓ ਸਾਨੂੰ ਤੇ ਅਸੀਂ ਓਰੀਜਨਲ ਡਾਕੂਮੈਂਟਸ ਆਪਣੇ ਨਾਲ ਰੱਖਾਂਗੇ ਵੀ ਇਨ ਕੇਸ ਵੀ ਸੈਕਿੰਡ ਸਮੈਸਟਰ ਤੋਂ ਬਾਅਦ ਤੁਹਾਨੂੰ ਅਸੀਂ ਕੋਰੀਅਰ ਕਰਾ ਦਾਂਗੇ ਵੀ ਮੈਂ ਜੇ ਉਹਨਾਂ ਕੋਲ ਛੱਡ ਦਿੰਦਾ, ਮੇਰੇ ਫਾਦਰ ਸਾਹਿਬ ਪੁਲਿਸ ਇੰਸਪੈਕਟਰ ਨੇ, ਜੇ ਮੈਂ ਮੇਰੇ ਫਾਦਰ ਸਾਹਿਬ ਨੇ ਚਲੋ ਮਤਲਬ ਇੰਨੇ ਆਣੇ ਉਹਨਾਂ ਤੋਂ ਬੱਚੇ ਗਏ ਉਹਨੇ ਸਭ ਨੇ ਦਿੱਤੇ ਹੋਣੇ ਆ, ਮੇਰੇ ਫਾਦਰ ਸਾਹਿਬ ਨੇ ਚਲੋ ਕਹਿ ਕਹਾ ਕੇ
ਡਾਕੂਮੈਂਟਸ ਕੁਦਰਤੀ ਉਹਨਾਂ ਨੇ ਲੈ ਗਏ, ਉਹ ਕਹਿੰਦੇ ਵੀ ਅਸੀਂ ਨਹੀਂ ਦੇਣੇ ਹੈਗੇ ਡਾਕੂਮੈਂਟ, ਜੇ ਮੈਂ ਇਨਕੇਸ ਉਹਨੂੰ ਕੋਈ ਛੱਡਿਆ ਹੁੰਦਾ ਇੱਥੇ ਮੇਰਾ ਤਾਂ ਮੇਰਾ ਜ਼ੀਰੋ ਸੀਗਾ ਬਿਲਕੁਲ ਏਅਰਪੋਰਟ ਤੇ ਤੁਹਾਨੂੰ ਜਦੋਂ ਫੜਿਆ ਸੀਗਾ ਹਾਂਜੀ ਤੇ ਉਹ ਨਹੀਂ ਤੁਹਾਡੇ ਤੋਂ ਕੀ ਕੁਛ ਕਿਹੜੀ ਕੁਛ ਉਹ ਕਹਿੰਦੇ ਵੀ ਜੀਆਈਸੀ ਦੀ ਹਾਂਜੀ ਉਹ ਕਹਿੰਦੇ ਵੀ ਜੀਆਈਸੀ ਦੀ ਸਟੇਟਮੈਂਟ ਸਾਨੂੰ ਦਿਓ ਤੁਸੀਂ ਵੀ ਸਾਨੂੰ ਪ੍ਰੂਫ ਚਾਹੀਦਾ ਤੇ ਤੁਸੀਂ ਏਜੰਟ ਨੇ ਪ੍ਰੋਵਾਈਡ ਨਹੀਂ ਕੀਤੀ ਏਜੰਟ ਨੇ ਸਾਨੂੰ ਦਿੱਤੀ ਨਹੀਂ ਮੈਂ ਈਵਨ ਮੈਂ 5 ਟਾਈਮਸ ਆਪਣੇ ਏਜੰਟ ਨੂੰ ਕਿਹਾ ਸੀਗਾ ਵੀ ਸਾਨੂੰ ਮੈਨੂੰ ਜੀਆਈਸੀ ਦੀ ਦੇ ਦਿਓ ਉਹ ਕਹਿੰਦੇ ਵੀ ਤੁਸੀਂ ਆਪਣੇ ਸਕੋਸ਼ੀਆ ਬੈਂਕ 'ਚ ਜਾਣਾ ਜਿਹਦੇ ਵੀ ਬੈਂਕ 'ਚ ਆਪਣੇ ਸਕੋਸ਼ੀਆ ਬੈਂਕ 'ਚ ਜਿਹੜੀ ਹੁੰਦੀ ਹੈ ਜੀਆਈਸੀ ਉਹ ਕਹਿੰਦੇ ਸਕੋਸ਼ੀਆ ਬੈਂਕ 'ਚ ਜਾ ਕੇ ਤੁਸੀਂ ਸਿਰਫ ਆਪਣਾ ਅਕਾਊਂਟ ਨੰਬਰ ਦੇਣਾ ਉਹਨਾਂ ਦਾ ਅਕਾਊਂਟ ਨੰਬਰ ਬਸ ਤੁਹਾਡਾ ਜੀਆਈਸੀ ਬੈਂਕ ਅਕਾਊਂਟ ਓਪਨ ਕਰ ਦੇਣਾ ਮੈਨੂੰ ਸਿਰਫ ਇੰਨਾ ਕਿਹਾ ਉੱਥੇ ਮੈਨੂੰ ਮੈਂ 4 ਘੰਟੇ 5 ਘੰਟੇ ਮੈਂ ਬਸ ਇੱਕ ਰੋਇਆ ਹੀ ਨਹੀਂ ਸੀਗਾ ਜੀ ਰਿਐਲਿਟੀ ਹੈ ਨਹੀਂ ਤਾਂ ਕੋਈ ਕਸਰ ਵੀ ਨਹੀਂ ਸੀਗੀ ਕਿਉਂਕਿ ਮੈਨੂੰ ਕਹਿੰਦੇ ਵੀ ਡਿਪੋਰਟ ਕਰ ਦੇਣਾ ਮੈਂ ਪਹਿਲੀ ਵਾਰ ਗਿਆ ਜੀ ਬਾਹਰ ਮੈਨੂੰ ਕਿਹੜਾ ਕੁਛ ਪਤਾ ਸੀਗਾ ਠੀਕ ਹਾਂਜੀ ਤੇ ਜਿਹੜਾ ਹੁਣ ਜੀਆਈਸੀ ਦੀ ਵੀ ਆਪਾਂ ਗੱਲ ਕਰਦੇ ਜਦੋਂ ਆਪਾਂ ਜੀਆਈਸੀ ਉਹ ਖੁਲਾਉਣ ਜਾਂਦੇ ਪਏ ਹਾਂ ਹਾਂਜੀ ਹਾਂਜੀ ਜੇ ਹੁਣ ਤੁਹਾਡੇ ਕੰਸਲਟੈਂਟ ਉੱਥੇ ਤੁਹਾਨੂੰ ਡਾਕੂਮੈਂਟਸ ਨਹੀਂ ਪੂਰੇ ਦੇ ਰਹੇ ਤੁਹਾਡੀ ਵੈਸੇ ਤਾਂ ਤੁਹਾਡੀ ਈਮੇਲ ਤੇ ਆਉਣੇ ਚਾਹੀਦੇ ਉਹ ਚਲੋ ਈਮੇਲ ਆਪਣੀ ਬਣਾ ਕੇ ਕੁਝ ਸਭ ਕੁਝ ਮੰਗਵਾਈ ਜਾਂਦੇ ਆ ਤੇ ਉੱਥੇ ਜਦੋਂ ਜੀਆਈਸੀ ਦਾ ਤੁਸੀਂ ਖਾਤਾ ਖੁਲਾਉਣ ਜਾਂਦੇ ਤੁਸੀਂ ਤੁਹਾਨੂੰ ਉੱਥੇ ਦੱਸਿਆ ਜਾਂਦਾ ਕਿ ਹਾਂ ਵੀ ਜਾਂਦਿਆਂ ਨੂੰ ਤੁਹਾਨੂੰ 2000 ਮਿਲ ਜਾਣਾ ਹਾਂਜੀ ਹਾਂਜੀ ਕਿੱਥੇ ਜੀ ਨਹੀਂ ਸਭ ਤੋਂ ਉਹ ਹੀ ਚੀਜ਼ ਹੈ ਨਾ ਕਿ ਪਹਿਲੇ ਦਿਨ ਹੀ ਤੁਹਾਨੂੰ ਉੱਧਰ ਕਹਿੰਦੇ ਕਿ ਉਤਰੋ ਤੁਹਾਨੂੰ ਜਾਂਦੇ ਨੂੰ 2000 ਹਾਂਜੀ ਮੈਨੂੰ ਤੇ ਮੈਨੂੰ ਵੀ ਇਹ ਕਿਹਾ ਕਿ ਵੀ ਤੁਸੀਂ ਜਾਓ ਤੁਹਾਡਾ ਜਾ ਕੇ ਮੈਂ ਬੈਂਕ ਅਕਾਊਂਟ ਦੱਸਣਾ ਤੁਹਾਨੂੰ 2000 ਮਿਲ ਜਾਣਾ 2000 ਕਾਹਨੂੰ ਮਿਲਦੇ ਨਹੀਂ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਸਕੋਸ਼ੀਆ ਬੈਂਕ 'ਚ ਕਰਾਉਣਾ ਕੀ ਹੈ ਕਿਵੇਂ ਉਹ ਡਾਕੂਮੈਂਟ ਜਿਹੜੇ ਤੁਸੀਂ ਇੰਡੀਆ ਤੋਂ ਨਹੀਂ ਲੈ ਕੇ ਆਂਦੇ ਸੀ ਸਭ ਤੋਂ ਪਹਿਲਾਂ ਚਾਹੀਦੇ ਹੀ ਉਹ ਹਾਂ ਸਭ ਤੋਂ ਪਹਿਲਾਂ ਚਾਹੀਦੇ ਉਹ ਸੀਗੇ ਸਾਨੂੰ ਤਾਂ ਮਤਲਬ ਲੈ ਦੇ ਕੇ ਮੈਂ ਇੰਨੀ ਗੱਲ ਬਸ ਓਵਰਆਲ ਕਹਿਣਾ ਚਾਹੁੰਦਾ ਵੀ ਲੈ ਦੇ ਕੇ ਸਿਰਫ ਉਹਨਾਂ ਨੂੰ ਪੈਸੇ ਦਾ ਮਤਲਬ ਹੈ ਵੀ ਸਾਨੂੰ ਪੈਸਾ ਆਵੇ ਬੱਚੇ ਦਾ ਕਰੀਅਰ ਖਰਾਬ ਹੁੰਦਾ ਹੋ ਜਾਵੇ ਅਵੇਅਰਨੈਸ ਅਸਲ ਵਿੱਚ ਉਹਨਾਂ ਨੂੰ ਸਾਨੂੰ ਕੋਈ ਦੱਸਦਾ ਨਹੀਂ ਉਹ ਜਿਹੜੀ ਹੈਗੀ ਕੰਪਨੀਆਂ ਸਿਰਫ ਇੰਡੀਆ ਦਾ ਵੀਜ਼ੇ ਲੈਣ ਤੱਕ ਕੀ ਮਤਲਬ ਉਹਨਾਂ ਦਾ ਹੈਗਾ ਹੈਗਾ ਸਹੀ ਗੱਲ ਹੈ ਹੁਣ ਇੱਥੇ ਆ ਕੇ ਜਿੱਦਾਂ ਹੁਣ ਅਸੀਂ ਇੱਥੇ ਬੈਠੇ ਹਾਂ ਸਾਨੂੰ ਇਹੀ ਸਿਸਟਮ ਦੇ ਵਿੱਚ ਬੈਠੇ ਹੋਏ ਆ ਸਾਨੂੰ ਇਹਨਾਂ ਚੀਜ਼ਾਂ ਤਾਂ ਹੀ ਪਤਾ ਲੱਗਦਾ ਕਿ ਕਿਉਂਕਿ ਅਸੀਂ ਇੱਥੇ ਪਹੁੰਚਦੇ ਅਸੀਂ ਇੱਥੇ ਟੇਕ ਕੇਅਰ ਕਰਦੇ ਪਏ ਆਪਣੇ ਹਾਂਜੀ ਹੁਣ ਜਿਵੇਂ ਹੁਣ ਮੈਨੂੰ ਸਭ ਤੋਂ ਵਧੀਆ ਗੱਲ ਇੱਥੇ ਮੌਂਟਰੀਅਲ ਦੀ ਇਹ ਲੱਗੀ ਹੈ ਵੀ ਆਪਾਂ ਪੜ੍ਹ ਆਪਣੀ ਸਟੱਡੀ ਦੇ ਵਿਦਿਨ ਸਟੱਡੀ ਆਪਾਂ ਪੀਆਰ ਲੈ ਲਾਂਗੇ ਕਿਊਬੈਕ ਆਪਣੀ ਪ੍ਰੋਵਿੰਸ ਦੀ ਉੱਥੇ ਦਾ ਮਤਲਬ ਜਿੱਥੇ ਮੈਂ ਪਹਿਲਾਂ ਕਾਲਜ 'ਚ ਗਿਆ ਸੀਗਾ ਉੱਥੇ ਦਾ ਮਤਲਬ ਕਿ ਮੇਰਾ ਮੈਂ ਪੈਸੇ ਬਸ ਇੱਕ ਤਰ੍ਹਾਂ ਦੇ ਪੈਸੇ ਥਰੋ ਕਰਨੇ ਸੀਗੇ ਆਪਣਾ ਟਾਈਮ ਵੇਸਟ ਕਰਨਾ ਸੀ ਮੈਨੂੰ ਪੀਆਰ ਤਾਂ ਕੁਛ ਵੀ ਨਹੀਂ ਮਿਲਦੀ ਸੀਗੀ ਆਪਣੀ ਕਿਸਮਤ ਮਤਲਬ ਲੱਖ ਸਮਝਦਾ ਵੀ ਮੈਂ ਆਉਂਦੇ ਸਾਰ ਹੀ ਇੱਥੇ ਆ ਗਿਆ ਮੌਂਟਰੀਅਲ ਆ ਗਿਆ ਮੇਰੀ ਕੋਈ ਫੀਸ ਨੀ ਵੇਸਟੇਜ ਹੋਈ ਹੈਗੀ ਮੇਰੇ ਨਾਲ ਦੇ ਬਹੁਤ ਫਰੈਂਡ ਸੀਗੇ ਈਵਨ ਕਿ ਮੇਰੇ ਨਾਲ ਕਾਫੀ ਮੇਰੇ ਜਿਨ੍ਹਾਂ ਨਾਲ ਮੈਂ ਰਹਿ ਰਿਹਾ ਉਹਨਾਂ ਨੇ ਕਿਸੇ ਨੇ 3 ਸਮੈਸਟਰ ਵੇਸਟ ਕੀਤੇ ਕਿਸੇ ਨੇ 2 ਕਿਸੇ ਨੇ 4 ਕੀਤੇ ਨੇ 4 ਸਮੈਸਟਰ ਵੇਸਟ ਕਰਨ ਦਾ ਇਹ ਮਤਲਬ 20 ਲੱਖ ਰੁਪਏ ਉਹਨੇ ਖਰਚਦਾ ਹੈ 20 ਲੱਖ ਰੁਪਏ ਵੇਸਟ ਕਰਦਾ ਉਸ ਦਾ ਸਿੱਟਦਾ ਇੱਕ ਤਰ੍ਹਾਂ ਦਾ ਫਿਰ ਇੱਥੇ ਆ ਕੇ ਸਾਡੇ ਜਿੰਨੀ ਪੈਸੇ ਖਰਚ ਰਹੇ ਹੈ ਸਿਰਫ ਐਕਸਪੀਰੀਅੰਸ ਹੈ ਵੀ ਕੈਨੇਡਾ ਰਿਹਾ ਹੋਇਆ ਐਕਸਪੀਰੀਅੰਸ ਪੈਸੇ ਦਿੱਤੇ ਪੈਸੇ ਦਿੱਤੇ ਨੇ ਬਸ ਚਲੋ ਬਾਕੀ